ਸਰ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਆਪਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਆਏ ਹੋਏ ਹਾਂ ਜਿੱਥੇ ਕਿ ਪੰਜਾਬ ਦੇ ਕਿਸਾਨਾਂ ਦਾ ਵੱਡਾ ਮੇਲਾ ਲੱਗਦਾ ਹੈਗਾ ਅਤੇ ਅੱਜ ਜਿਹੜੀਆਂ ਆਉਣ ਵਾਲਾ ਸੀਜ਼ਨ ਆ ਉਹ ਕਣਕ ਦਾ ਹੈਗਾ ਅਤੇ ਕਣਕ ਦੀਆਂ ਨਵੀਆਂ ਵਰਾਇਟੀਆਂ ਵੀ ਆਈਆਂ ਜਿਨ੍ਹਾਂ ਦਾ ਕਿਸਾਨਾਂ ਨੂੰ ਬੀਜ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਮਿਲ ਰਿਹਾ ਮੇਰੀ ਰਿਕੁਐਸਟ ਵੀ ਹੈਗੀ ਹੈ ਕਿ ਚੰਗੇ ਬੀਜ ਨੂੰ ਥੋੜ੍ਹੀ ਜਗ੍ਹਾ ਵਿੱਚ ਲਾਓ ਅਤੇ ਜਦੋਂ ਤਜਰਬਾ ਵੱਡਾ ਹੋ ਜਾਵੇ ਦੂਜੇ ਕਿਸਾਨਾਂ ਨੂੰ ਉਹਦਾ ਡਾਟਾ ਦੱਸੋ ਅਤੇ ਉਸ ਵਰਾਇਟੀ ਨੂੰ ਵਧਣ ਫੁੱਲਣ ਦਾ ਵੱਖੋ ਵੱਖਰੇ ਏਰੀਆ ਵਿੱਚ ਡਾਟਾ ਆਉਣ ਦਾ ਇੰਤਜ਼ਾਰ ਕਰੀਏ ਅਤੇ ਵੱਡੇ ਪੱਧਰ ਦੇ ਵਿੱਚ ਆਪਾਂ ਯੂਨੀਵਰਸਿਟੀ ਦੁਆਰਾ ਡਿਵੈਲਪ ਕੀਤੀ ਹੋਈਆਂ ਵਰਾਇਟੀਆਂ ਨੂੰ ਅੱਗੇ ਲੈ ਕੇ ਆਈਏ ਕਿਉਂਕਿ ਪੁਰਾਣੀਆਂ ਵਰਾਇਟੀਆਂ ਦੇ ਵਿੱਚ ਸਮੱਸਿਆਵਾਂ ਦਾ ਜਿਹੜਾ ਜ਼ਿਆਦਾ ਆਉਣਾ ਹੋ ਗਿਆ ਹੈਗਾ ਨਾਲ ਇੱਥੋਂ ਦੇ ਜਿਹੜੀਆਂ ਵਰਾਇਟੀਆਂ ਦੇ ਬਾਰੇ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਸਟਾਲ ਦੇ ਵਿੱਚ ਮੌਜੂਦ ਆ ਡਾਕਟਰ ਹਰੀ ਰਾਮ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀਆਂ ਵਰਾਇਟੀਆਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਸਾਰੀ ਵੀਡੀਓ ਨੂੰ ਦੇਖਿਓ ਅਤੇ ਕਿਸਾਨਾਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਹੜੀਆਂ ਨਵੀਆਂ ਵਰਾਇਟੀਆਂ ਆਈਆਂ ਉਹਨਾਂ ਦੇ ਕਰੈਕਟਰ ਬਾਰੇ ਥੋੜ੍ਹਾ ਜਿਹਾ ਪੰਜਾਬੀ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਕਰਿਓ ਇਹ ਜਿਹੜੀ ਪੰਜਾਬ ਦੇ ਵਿੱਚ ਕਣਕ ਆ ਜੀ ਉਹ ਤਕਰੀਬਨ 35 ਲੱਖ ਹੈਕਟੇਅਰ ਤੇ ਬੀਜੀ ਜਾਂਦੀ ਹੈ ਜੀ ਸਰ ਤੇ ਜਿਹੜੀਆਂ ਕਿਸਮਾਂ ਕਿਉਂਕਿ ਜਦੋਂ ਪੁਰਾਣੀ ਕਿਸਮ ਹੋ ਜਾਂਦੀ ਹੈ ਉਹਨੂੰ ਕਾਫੀ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਹਾਂ ਜੀ ਸਰ ਤੇ ਉਹ ਬਿਮਾਰੀ ਕਰਕੇ ਕਿਸਾਨ ਵੀਰਾਂ ਦਾ ਝਾੜ ਘਟਦਾ ਹੈ ਜਾਂ ਫਿਰ ਸਾਨੂੰ ਦਵਾਈਆਂ ਸਪਰੇ ਕਰਨੀਆਂ ਪੈਂਦੀਆਂ ਪਰ ਵੈਸੇ ਵੀ ਉਮਰ ਦੇ ਨਾਲ ਨਾਲ ਜਿਹੜੀਆਂ ਕਣਕ ਦਾ ਝਾੜ ਆ ਉਹ ਘਟਦਾ ਜਾਂਦਾ ਸੋ ਇਹ ਜਿਹੜੀ ਵਰਾਇਟੀ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ PBW 826 ਕਿਸਮ ਇਹ ਨਵੀਂ ਕਿਸਮ ਇਸ ਵਾਰੀ ਇਜਾਦ ਕੀਤੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਅਤੇ ਇਹ IIWBR ਜਿਹੜਾ ਕਰਨਾਲਾ ਉੱਥੋਂ ਵੀ ਇਹ ਮਾਨਤਾ ਪ੍ਰਾਪਤ ਕੀਤੀ ਗਈ ਹੈ ਇਹ ਜਿਹੜੀ ਵਰਾਇਟੀ ਹੈ ਉੱਤਰ ਪੱਛਮੀ ਭਾਰਤ ਤੋਂ ਲੈ ਕੇ ਉੱਤਰ ਪੂਰਬੀ ਤੱਕ ਸਾਰੇ ਏਰੀਏ ਵਾਸਤੇ ਸਿਫਾਰਿਸ਼ ਕੀਤੀ ਗਈ ਹੈ ਜਿਵੇਂ ਕਿ ਅਸੀਂ ਕਹਿ ਦਈਏ ਵੀ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਇਹ ਸਾਰੀ ਵਰਾਇਟੀ ਸਿਫਾਰਿਸ਼ ਕੀਤੀ ਗਈ ਜੀ ਇਹਦਾ ਜਿਹੜਾ ਝਾੜ ਆ ਤਕਰੀਬਨ ਜਿਹੜਾ ਐਵਰੇਜ ਝਾੜ ਆ 24 ਕੁਇੰਟਲ ਆ ਪਰ ਇਹ 32-33 ਕੁਇੰਟਲ ਤੱਕ ਇਹਦਾ ਪੋਟੈਂਸ਼ੀਅਲ ਆ ਉੱਥੇ ਤੱਕ ਦੇ ਸਕਦੀ ਹੈ ਮਤਲਬ ਚੰਗੇ ਮੌਸਮ ਦੇ ਵਿੱਚ ਉੱਥੇ ਵੀ ਜਾਂਦੀ ਹੈ ਜੇ ਮੌਸਮ ਵਧੀਆ ਹੋਵੇ ਪੌਣ ਪਾਣੀ ਠੀਕ ਹੋਵੇ ਕਿਸਾਨ ਵੀਰ ਨੇ ਚੰਗਾ ਪਾਣੀ ਲਾਇਆ ਹੋਵੇ ਠੀਕ ਲਾਇਆ ਹੋਵੇ ਖਾਦ ਪਾਣੀ ਠੀਕ ਪਾਇਆ ਹੋਵੇ ਤੇ 32-33 ਕੁਇੰਟਲ ਤੱਕ ਝਾੜ ਇਹ ਕੱਢਦੀ ਆ ਤੇ ਇਹ ਜਿਹੜੀ ਕਿਸਮਾਂ ਇਹਨੂੰ ਪੀੜੀ ਕੁੰਗੀ ਵੀ ਘੱਟ ਪੈਂਦੀ ਹੈ ਓਕੇ ਸਰ ਤੇ ਇਹਦਾ ਇੱਕ ਹੋਰ ਖਾਸ ਜਿਹੜਾ ਹੈ ਤੁਸੀਂ ਪਹਿਲਾਂ ਦਾਣੇ ਵੀ ਦੇਖ ਲਿਆ ਇਹਦਾ ਦਾਣਾ ਮੋਟਾ ਆ ਤੇ ਇਹਦਾ ਜਿਹੜਾ ਝਾੜ ਆ ਉਹ ਬਹੁਤ ਵਧੀਆ ਆ ਜਿਹੜਾ ਜਦੋਂ ਟਿਲਰ ਕਰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਜਦੋਂ ਉਹ ਸਾਡੀ ਮਾਰਚ ਦੇ ਵਿੱਚ ਅਸੀਂ ਇਹਨੂੰ ਆਰਾਮ ਨਾਲ ਪਾਣੀ ਲਾ ਸਕਦੇ ਹਾਂ ਕਿਉਂਕਿ ਇਹ ਬੜਾ ਸਖਤ ਝਾੜ ਆ ਇਹਦਾ ਢਹਿੰਦੀ ਨਹੀਂ ਹੈਗੀ ਮਤਲਬ ਡਿੱਗਦੀ ਨਹੀਂ ਡਿੱਗਦੀ ਬਿਲਕੁਲ ਨਹੀਂ ਹੈਗੀ ਤੇ ਉਹਦੇ ਨਾਲ ਹੀ ਇਹਦਾ ਦਾਣਾ ਵੀ ਮੋਟਾ ਇਹਦੇ ਵਿੱਚੋਂ ਆਟਾ ਵੀ ਵਧੀਆ ਬਣਦਾ ਚਪਾਤੀ ਜਿਹੜੀ ਕੁਆਲਿਟੀ ਆ ਜਿਹੜੀ NP wheat ਤੁਸੀਂ ਖਾਂਦੇ ਆ ਜੀ ਤੇ ਉਸ ਤੋਂ ਵੀ ਇਹਦਾ ਵਧੀਆ ਆਟਾ ਬਣਦਾ ਵਧੀਆ ਚਪਾਤੀ ਬਣਦੀ ਆ ਤੇ ਬਹੁਤ ਵਧੀਆ ਕਿਸਮਾਂ ਤੇ ਇਹ ਦੇਖੋ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਸਿਫਾਰਿਸ਼ ਕੀਤੀ ਇਹ ਕਿਹੜੀਆਂ ਮਿੱਟੀਆਂ ਵਾਸਤੇ ਜ਼ਿਆਦਾ ਚੰਗਾ ਰਿਜ਼ਲਟ ਦਿੰਦੀ ਜਾਂ ਕਦ ਕਾਠ ਇਹਦਾ ਵਰਾਇਟੀ ਦਾ ਕਿੰਨਾ ਕੁ ਸਮਾਂ ਕਿੰਨਾ ਲੈਂਦੀ ਇਹ ਦੇਖੋ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਅਸੀਂ ਟੈਸਟ ਕੀਤੀ ਆ ਅਲੱਗ ਅਲੱਗ ਜ਼ਮੀਨਾਂ ਦੇ ਵਿੱਚ ਅਲੱਗ ਅਲੱਗ ਪੌਣ ਪਾਣੀ ਦੇ ਵਿੱਚ ਅਲੱਗ ਅਲੱਗ ਪਾਣੀ ਵਾਲਿਆਂ ਦੇ ਵਿੱਚ ਇਹ ਸਾਰਿਆਂ ਦੇ ਵਿੱਚ ਵਧੀਆ ਪਰਫਾਰਮ ਕਰਦੀ ਹੈ ਇਸੇ ਕਰਕੇ ਇਹ ਮਾੜੀ ਜ਼ਮੀਨ 'ਚ ਵੀ ਚੰਗੀ 'ਚ ਵੀ ਬਹੁਤ ਭੱਲ ਵਾਲੀ 'ਚ ਵੀ ਮੀਡੀਅਮ ਵਾਲੀ 'ਚ ਵੀ ਸਾਰਿਆਂ ਦੇ ਵਿੱਚ ਇਹ ਦਾਣਾ ਵੀ ਕਾਫੀ ਮੋਟਾ ਸੀਗਾ ਇਸ ਕਰਕੇ ਉਹਨਾਂ ਵਾਸਤੇ ਅਸੀਂ 45 ਕਿਲੋ ਰੱਖਿਆ ਹੋਇਆ ਪਰ ਅਸੀਂ ਓਵਰਆਲ ਹੀ ਕਹਿੰਦੇ ਜੇ ਕਿਸਾਨ ਵੀਰ ਸ਼ੁਰੂਆਤ ਜਿਹੜੇ ਜਿਨ੍ਹਾਂ ਨੇ ਹੈਪੀ ਸੀਡਰ 1-2 ਸਾਲ ਦੇ ਵਿੱਚ ਸ਼ੁਰੂ ਕੀਤਾ ਉਹ ਇਹਦਾ 5 ਕਿਲੋ ਬੀਜ ਸਾਰੀਆਂ ਕਿਸਮਾਂ ਦਾ ਵੱਧ ਵਰ ਸਕਦੇ ਓਕੇ ਹੈਪੀ ਸੀਡਰ ਦੇ ਵਿੱਚ ਹੈਪੀ ਸੀਡਰ ਜੀ ਸਨ ਭਰਾਵੋ ਇਸ ਲਿਟਰੇਚਰ ਦੇ ਰਿਗਾਰਡਿੰਗ ਆਪਾਂ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਹੈਗੇ ਆਪਣੇ ਚੈਨਲ ਦੇ ਉੱਪਰ ਕਿ ਹੈਪੀ ਸੀਡਰ ਦੇ ਵਿੱਚ ਥੋੜੀ ਲਾਈਨ ਟੂ ਲਾਈਨ ਡਿਸਟੈਂਸ ਜ਼ਿਆਦਾ ਹੋਣ ਕਰਕੇ ਕਈ ਵਾਰ ਜਰਮੀਨੇਸ਼ਨ ਪ੍ਰਭਾਵਿਤ ਹੋ ਜਾਂਦੀ ਜਾਂ ਹੋਰ ਕਾਰਨ ਉਹਨਾਂ ਦੇ ਆਪਾਂ ਇੱਕ ਸਪੈਸ਼ਲ ਇਸ ਤਰ੍ਹਾਂ ਦੀਆਂ ਜਿਹੜੀਆਂ ਕਣਕਾਂ ਦੇ ਬਾਰੇ ਸੀਡ ਰੇਟ ਬਾਰੇ ਸਪੈਸ਼ਲ ਵੀਡੀਓ ਕਰਾਂਗੇ ਕੁਝ ਖਾਸ ਤਰੀਕੇ ਦੇ ਮੈਥਡ ਵੀ ਆਏ ਆ ਜਿਹਦੇ ਨਾਲ ਝਾੜ ਵਧਣ ਦੇ ਵਿੱਚ ਆਸਾਰ ਬਣ ਜਾਂਦੇ ਆ ਤੇ ਇੱਕ ਸਰ ਜਦੋਂ ਲੇਟ ਸੋਇੰਗ ਹੁੰਦੀ ਆ ਜਾਂ ਐਂਡ ਸੀਜ਼ਨ ਦੇ ਵਿੱਚ ਪਾਣੀ ਦਾ ਵਧੀਆ ਮੈਨੇਜਮੈਂਟ ਨਹੀਂ ਹੁੰਦਾ ਜਾਂ ਮੌਸਮ ਦੇ ਵਿੱਚ ਗਰਮੀ ਦਾ ਜ਼ਿਆਦਾ ਅਗੇਤਾ ਸ਼ੁਰੂ ਹੋ ਜਾਣਾ ਤਾਂ ਕਣਕਾਂ ਦੇ ਝਾੜ ਘਟਾਉਂਦਾ ਇਹ ਵਰਾਇਟੀ ਦੇ ਕੀ ਅਸਰ ਰਹਿੰਦਾ ਇਹ ਵਰਾਇਟੀ ਬੜੀ ਡਾਇਨਾਮਿਕ ਵਰਾਇਟੀ ਆ ਤੇ ਇਹਦੇ ਵਿੱਚ ਇਹ ਕਿਉਂਕਿ ਪੱਕਣ ਲਈ 148 ਦਿਨ ਲੈਂਦੀ ਆ ਥੋੜੀ ਜਲਦੀ ਪੱਕ ਜਾਂਦੀ ਆ ਤੇ ਉਹਦੇ ਨਾਲ ਜਿਹੜਾ ਟਰਮੀਨਲ ਸਟ੍ਰੈਸ ਜਿਹਨੂੰ ਕਹਿੰਦੇ ਆਪਾਂ ਬਾਅਦ ਦੇ ਵਿੱਚ ਪ੍ਰਭਾਵ ਆਉਂਦਾ ਜ਼ਿਆਦਾ ਤਾਪਮਾਨ ਦਾ ਉਹ ਬਿਲਕੁਲ ਇਹਦੇ ਤੇ ਨਹੀਂ ਆਉਂਦਾ ਤੇ ਉਹਨੂੰ ਸਕੇਪ ਕਰਦੀ ਆ ਦੂਸਰੀਆਂ ਵਰਾਇਟੀਆਂ ਤੇ ਹਾਲਾਂਕਿ ਆ ਜਾਂਦਾ ਹੈ ਅਸੀਂ ਇਹ ਦੇਖਿਆ ਵੀ 826 ਤੇ 766 ਜਿਹੜੀ ਸੁਨਹਿਰੀ ਕਿਸਮ ਦੇ ਨਾਲ ਨਾਲ ਸਿਫਾਰਿਸ਼ ਹੋਈ ਆ ਤੇ ਉਹ ਦੋਨਾਂ ਇਹ ਬਹੁਤ ਵਧੀਆ ਟਾਕਰਾ ਕਰਦੀਆਂ ਜਿਹੜੀ ਟਰਮੀਨਲ ਸਟ੍ਰੈਸ ਵਾਸਤੇ ਤੇ ਇਸ ਤੋਂ ਇਲਾਵਾ ਜਿਹੜੀ 869 ਨੰਬਰ ਵਰਾਇਟੀ ਪਿਛਲੇ ਸਾਲ ਹੀ ਆ ਗਈ ਸੀ ਇਹਦੇ ਥੋੜਾ ਜਿਹਾ ਕਰੈਕਟਰ ਬਾਰੇ ਖੁੱਲ ਕੇ ਗੱਲਬਾਤ 869 ਕਿਸਮ ਆ ਜਿਹੜੀ ਇਹ ਸ਼ੁਰੂਆਤ ਦੇ ਵਿੱਚ ਵਧੀਆ ਗਰੋ ਕਰਦੀ ਆ
ਕਿਉਂਕਿ ਕਿਸਾਨ ਵੀਰ ਨੂੰ ਲੱਗਦਾ ਜਦੋਂ ਹੈਪੀ ਸੀਡਰ ਦੇ ਵਿੱਚ ਜਾਂ ਦੂਸਰੇ ਦੇ ਵਿੱਚ ਉਹਨੇ ਲਾਈ ਹੋਵੇ ਤਾਂ ਉਹਨੂੰ ਨਜ਼ਰ ਨਹੀਂ ਆਉਂਦੀ। ਵੈਸੇ ਉਹ ਕਣਕ ਆਉਂਦੀ ਆ, ਕਣਕ ਨਿਕਲੇ ਆਉਂਦੀ ਆ, ਪਰ ਉਹਨੂੰ ਨਜ਼ਰ ਨਹੀਂ ਆਉਂਦੀ। ਇਹਦਾ ਜਿਹੜਾ ਕੋਲੀਓਪਟਾਈਲ ਹੁੰਦਾ ਉਹ ਜਲਦੀ, ਮਤਲਬ ਉਹ ਜਿਹੜਾ ਹਰਾਪਣ ਜਿਹੜਾ ਬੂਟੇ ਦਾ ਉਹ ਜਲਦੀ ਨਜ਼ਰ ਆਉਣ ਲੱਗ ਜਾਂਦਾ ਤੇ ਇਹਦੇ ਜਿਹੜੇ ਆ ਸ਼ਾਖਾਵਾਂ ਵੀ ਵਧੀਆ ਫੈਲਦੀਆਂ, ਇਸ ਕਰਕੇ ਜਲਦੀ ਕਵਰ ਕਰ ਜਾਂਦਾ। ਜਿਸ ਤਰ੍ਹਾਂ ਸਮਾਂ ਇਹਦਾ 158 ਦਿਨ ਲਿਖਿਆ ਹੋਇਆ, ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਬਿਜਾਈਆਂ ਦੇ ਵਿੱਚ ਇਹਨੂੰ ਮੰਨਿਆ ਜਾ ਸਕਦਾ। ਤੁਸੀਂ ਹਾਂ ਇਹਨੂੰ ਤੁਸੀਂ 25 ਅਕਤੂਬਰ ਤੋਂ ਪਹਿਲਾਂ ਸ਼ੁਰੂ ਕਰ ਸਕਦੇ ਹਾਂ ਬਿਜਾਈ, ਉਸ ਟਾਈਮ ਤੇ ਸ਼ੁਰੂ ਕਰ ਸਕਦੇ ਹਾਂ ਤੁਸੀਂ ਆਰਾਮ ਦੇ ਨਾਲ। ਠੀਕ ਹੈ ਜੀ। ਇਸ ਤੋਂ ਇਲਾਵਾ 803 ਨੰਬਰ ਜਿਹੜੀ ਦੱਖਣੀ ਪੱਛਮੀ ਇਲਾਕਿਆਂ ਵਾਸਤੇ ਡਿਸਪਲੇ ਕੀਤੀ ਹੋਈ ਹੈ, ਇਹ ਵਰਾਇਟੀ ਦੇ ਬਾਰੇ ਕਰੈਕਟਰ ਜਾਂ ਕੋਈ ਖਾਸ ਸਪੈਸ਼ਲ ਗੱਲਬਾਤ? 803 ਕਿਸਮ ਆ, ਇਹ ਬਹੁਤ ਵਧੀਆ ਕਿਸਮ ਆ ਤੇ ਇਹਦੇ ਵਿੱਚ ਥੋੜਾ ਜਿਹਾ ਖਾਰਾਪਣ ਨੂੰ ਸਹਾਰਨ ਦੀ ਵੀ ਆਦਤ ਹੈ, ਮਤਲਬ ਜਿਵੇਂ ਮੁਕਤਸਰ ਦਾ ਏਰੀਆ। ਹਾਂਜੀ ਬਿਲਕੁਲ, ਉਹਦੇ ਵਿੱਚ ਇਹਨੂੰ ਖਾਰੇਪਣ ਦੇ ਵਿੱਚ ਵੀ ਆ ਸਕਦੀ ਹੈ ਤੇ ਇਸ ਕਰਕੇ ਅਸੀਂ ਇਹ ਸਿਫਾਰਿਸ਼ ਕੀਤੀ ਹੈ ਵੀ ਜਿੱਥੇ ਕਿਤੇ ਕਿਸਾਨ ਵੀਰਾਂ ਦਾ ਥੋੜਾ ਬਹੁਤਾ ਖਾਰਾ, ਵੈਸੇ ਵੀ ਨੋਰਮਲ 'ਚ ਵੀ ਵਧੀਆ ਕਰਦੀ ਹੈ, ਇਹ ਨਹੀਂ ਹੈ ਵੀ ਸਿਰਫ ਅਸੀਂ ਖਾਰੇਪਣ ਵਾਸਤੇ ਇਹਨੂੰ ਸਿਫਾਰਿਸ਼ ਕੀਤਾ ਹੈ। ਇਹ ਸਾਰਿਆਂ ਦੇ ਵਿੱਚ ਵਧੀਆ ਪਰਫਾਰਮ ਕਰਦੀ ਹੈ। ਦੇਖੋ 23 ਕੁਇੰਟਲ ਤੱਕ ਝਾੜ ਇਹਦਾ ਜਾਂਦਾ ਹੈ ਤੇ 86 ਨਾਲੋਂ ਵੀ 222 ਨਾਲੋਂ ਵੀ ਇਹਦਾ ਝਾੜ ਵਧੀਆ ਆਉਂਦਾ। ਜੀ ਸਰ, ਜਿਸ ਤਰ੍ਹਾਂ ਇੱਥੇ ਪਹਿਲਾਂ ਡਿਸਪਲੇ ਕੀਤਾ ਹੋਇਆ ਕਿ HD 3086 ਦਾ ਜਿਹੜਾ 23 ਕੁਇੰਟਲ ਹੀ ਐਵਰੇਜ ਹੈਗਾ, ਪਰ ਫਾਰਮਰ ਨੇ ਆਪਣੇ ਖੇਤਾਂ ਦੇ ਵਿੱਚ ਇਸ ਨੂੰ 27 ਕੁਇੰਟਲ ਤੱਕ ਵੀ ਲੈ ਲਿਆ ਹੈਗਾ। ਹਾਲਾਂਕਿ ਵਰਾਇਟੀ ਬਹੁਤ ਪੁਰਾਣੀ ਹੋ ਚੁੱਕੀ ਹੈ, ਪਰ ਨਵੀਆਂ ਵਰਾਇਟੀਆਂ ਦੇ ਜਿਹੜਾ ਐਵਰੇਜ ਯੀਲਡ ਤੋਂ ਲੱਗ ਰਿਹਾ ਕਿ ਉਹ ਹੋਰ ਵੀ ਵਧੀਆ ਕਰ ਸਕਦੀਆਂ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਐਵਰੇਜ ਯੀਲਡ ਆ ਜ਼ਿਮੀਂਦਾਰਾਂ ਦੇ ਖੇਤਾਂ ਦੀ। ਅਸੀਂ ਜਦੋਂ ਸਿਫਾਰਿਸ਼ ਕਰਦੇ ਹਾਂ ਕਿਸਮ ਜ਼ਿਮੀਂਦਾਰਾਂ ਦੇ ਖੇਤਾਂ ਦੇ ਉੱਤੇ ਲਾ ਕੇ ਦੇਖਦੇ ਹਾਂ, ਉਹ ਫਿਰ ਤਕਰੀਬਨ 200 ਜ਼ਿਮੀਂਦਾਰਾਂ ਦੇ ਖੇਤਾਂ ਦੇ ਉੱਤੇ ਲਾਈ ਹੁੰਦੀ ਹੈ। ਇਹ 200 ਦਾ ਐਵਰੇਜ ਆ, ਇਹਦੀ ਜਿਹੜੀ ਹੈਗੀ ਹੈ ਟੈਂਸ਼ਨ ਹੈਗਾ ਤਾਂ ਇਹ 27 ਕੁਇੰਟਲ ਵੀ ਰਹੀ ਹੋਣੀ ਹੈ ਤੇ ਕਿਤੇ ਇਹ 20-21 ਕੁਇੰਟਲ ਵੀ ਰਹੀ ਬਿਲਕੁਲ ਰਹਿੰਦੀ ਹੈ। ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਵੀ 826 ਦਾ ਜਿਹੜਾ ਪੋਟੈਂਸ਼ੀਅਲ ਆ 33-34 ਕੁਇੰਟਲ ਦਾ ਪੋਟੈਂਸ਼ੀਅਲ ਹੈ, ਉਹਦਾ 35 ਕੁਇੰਟਲ ਤੱਕ ਜਾ ਸਕਦੀ ਹੈ, ਪਰ ਉਹ ਮੌਸਮ ਅਨੁਕੂਲ ਚਾਹੀਦਾ ਤੇ ਪੌਣ ਪਾਣੀ ਠੀਕ ਚਾਹੀਦਾ ਤੇ ਪਾਣੀ ਜਿਹੜਾ ਪਾਣੀ ਖਾਦ ਪਾਣੀ ਸਹੀ। ਕਿਸਾਨ ਭਰਾਵੋ, ਤੁਸੀਂ ਇਹਨਾਂ ਤਿੰਨਾਂ ਵਰਾਇਟੀਆਂ ਦੇ ਬਾਰੇ ਮੋਟੀ ਮੋਟੀ ਡਿਟੇਲ ਲਈ ਹੈ, ਪਰ ਮੇਰੀ ਬੇਨਤੀ ਹੈ, ਰਿਕੁਐਸਟ ਹੈ ਕਿ ਬੇੜਾ ਬੀਜ ਪਹਿਲੀ ਵਾਰ ਆਇਆ ਹੈਗਾ, ਇੱਕ ਤਾਂ ਉਹਨੂੰ ਵੱਡੇ ਏਰੀਏ 'ਚ ਨਾ ਲਾਓ, ਇੱਕ ਉਹਨੂੰ ਬਾਹਰੋਂ ਨਾ ਲਾਓ। ਇੱਕ ਯੂਨੀਵਰਸਿਟੀ ਤੋਂ ਬਾਹਰੋਂ ਜਦੋਂ ਬੀਜ ਵਿਕਦਾ ਹੈਗਾ, ਜਿੱਦਾਂ ਤਾਂ ਨਾਮ ਹੋਰ ਰੱਖ ਲੈਂਦੇ ਹੈਗੇ ਆ ਤੇ ਜਾਂ ਮਹਿੰਗਾ ਦਿੰਦੇ ਆ ਜਾਂ ਵਿਕਸਿੰਗ ਕਰਕੇ ਜਾਂ ਸੀਡ ਹੀ ਕੋਈ ਹੋਰ ਦੇ ਦਿੰਦੇ ਹੈਗੇ, ਉਹਦੇ ਬਾਰੇ ਕੋਈ ਸਪੈਸ਼ਲ ਗੱਲਬਾਤ? ਉਹਦੇ ਬਾਰੇ ਕਿਸਾਨ ਵੀਰਾਂ ਨੂੰ ਇਹ ਚਾਹੁੰਦਾ ਵੀ ਜਿਹੜੀ ਨਵੀਂ ਵਰਾਇਟੀ ਪਿੱਛੇ ਇੰਨਾ ਜ਼ਿਆਦਾ ਨਾ ਭੱਜੋ ਵੀ ਲੋਕਾਂ ਦੇ ਪਿੱਛੇ ਜਾਂ ਜਿਹੜੇ ਅਪਰੂਵਡ ਜਿਹੜੇ ਸੀਡ ਗਰੋਅਰ ਨਹੀਂ ਹੈਗੇ ਉਹਨਾਂ ਦੇ ਪਿੱਛੇ ਨਾ ਜਾਓ। ਤੁਸੀਂ ਭਰੋਸੇਮੰਦ ਜਿਹੜੇ ਸਰੋਤ ਆ ਉੱਥੋਂ ਬੀਜ ਲਓ ਆਪਣਾ, ਤੇ ਇਹ 826 ਦਾ ਬੀਜ ਇਸ ਵਾਰੀ ਘੱਟ ਆ, ਅਸੀਂ ਜਿਵੇਂ ਜਾਗ ਦੇ ਲਾਉਂਦੇ ਹੁੰਦੇ ਉਸੇ ਤਰ੍ਹਾਂ ਜਾਗ ਦੇ ਤੌਰ ਤੇ ਲਾਉਣਾ, ਮਤਲਬ ਇਸ ਵੱਡੇ ਲੈਵਲ ਤੇ ਟ੍ਰਾਇਲ ਹੋਣ ਜਾ ਰਿਹਾ ਇਸ ਵਾਰ। ਹਾਂਜੀ ਹਾਂਜੀ, ਇਸ ਵਾਰੀ ਮਤਲਬ ਤੁਸੀਂ ਇਹਨੂੰ ਗਰੋ ਕਰੋ ਤੇ ਬਹੁਤ ਵਧੀਆ ਝਾੜ ਦਿਓ। ਤੁਸੀਂ ਜਾਣਕਾਰੀ ਲਈ ਸਮਾਂ ਕੱਢਿਆ ਤੇ ਇਹਨਾਂ ਵਰਾਇਟੀਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।